a south asian canadian channel वारस पंजाब दे जथेबंदी दे मुखी अमितपाल सिंह दे साथी तेजेंद्र सिंह उर्फ गोरखा बाबा दी गिरफ्तारी ਨੂੰ ਲੈ ਕੇ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਿਨੇ ਤੇਂਦਰ ਸਿੰਘ ਨੂੰ ਪਾਇਲ ਪੁਲਿਸ ਨੇ ਬੀਤੇ ਦਿਨੀ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਉਸ ਕੋਲੋਂ ਅਹਿਮ ਜਾਣਕਾਰੀ ਹਾਸਲ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਐਸਐਸਪੀ ਅਮਨੀਤ ਕੋਂਡਲ ਨੇ ਦੱਸਿਆ ਕਿ ਗੋਰਖਾ बाबा ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਅਮਰਿਤਪਾਲ ਵੱਲੋਂ AKF ਨਾਂ ਦੀ ਫੌਜ ਤਿਆਰ ਕੀਤੀ ਗਈ ਸੀ ਇਸ ਚ ਉਹਨਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਜੋ ਨਸ਼ਾ ਛੱਡਣਾ ਚਾਹੁੰਦੇ ਸਨ ਗੋਰਖਾ ਬਾਬਾ ਵੀ ਇਸ ਫੌਜ ਚ ਸ਼ਾਮਲ ਸੀ ਗੋਰਖਾ ਬਾਬਾ ਵੀ ਪਹਿਲਾਂ ਨਸ਼ੇ ਦਾ ਆਦੀ ਸੀ ਜੋ ਨਸ਼ਾ ਛਡਾਉਣ ਕੇਂਦਰ ਚ ਗਿਆ ਅਤੇ ਇੱਥੋਂ ਇਸ ਨੂੰ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ ਫੌਜ ਚ ਸ਼ਾਮਲ ਵਿਅਕਤੀਆਂ ਨੂੰ ਪੁਲਿਸ ਦੀ ਤਰ੍ਹਾਂ ਬੈਲਟ ਨੰਬਰ ਵੀ ਦਿੱਤੇ ਗਏ ਅਤੇ ਅਮ੍ਰਿਤਪਾਲ ਉਹਨਾਂ ਨੂੰ ਤਨਖਾਹ ਵੀ ਆਪਣੇ ਕੋਲੋਂ ਦਿੰਦਾ ਸੀ ਪੁੱਛਗਿਰਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਖਾਲਿਸਤਾਨ ਦਾ ਗਠਨ ਕਰਨ ਲਈ ਹਥਿਆਰਬੰਦ ਸੰਘਰਸ਼ ਛੇੜਨ ਦੀ ਯੋਜਨਾ ਬਣਾਈ ਗਈ ਸੀ ਅੱਜ ਦੀ ਪੀਸੀ ਦਾ ਮੋਟਿਵ ਹੈਗਾ ਜੀ ਸਾਨੂੰ ਮੈਨੂੰ ਦੋ ਤਿੰਨ ਦਿਨ ਪਹਿਲਾਂ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਅਮਰਿਤਪਾਲ ਸਿੰਘ ਜਿਹੜਾ ਵਾਰਿਸ ਪੰਜਾਬ ਦੇ ਦਾ ਚੀਫ ਹੈਗਾ ਔਰ ਇਸ ਟਾਈਮ ਪੰਜਾਬ ਪੁਲਿਸ ਵੱਲੋਂ ਸਰਕਾਰ ਵੱਲੋਂ ਪਗੋੜਾ ਡਿਕਲੇਅਰ ਕਰ ਦਿੱਤਾ ਗਿਆ ਹੈ ਉਹਦਾ ਇੱਕ ਬਹੁਤ ਹੀ ক্লোਜ਼ ਜਿਹੜਾ ਸਿਕਿਉਰਿਟੀ ਪਰਸਨਲ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਉਹ ਸਾਡੇ ਪਾਇਲ ਸਬਡਿਵੀਜ਼ਨ ਦੇ ਪਿੰਡ ਮੰਗੇਵਾਲ ਜਿਹੜਾ ਮਲੋਹ ਥਾਣੇ ਚ ਜੂਰਿਸਡਿਕਸ਼ਨ ਦੇ ਪੈਂਦਾ ਉਹ ਏਰੀਆ ਦੇ ਰਹਿਣ ਵਾਲਾ ਹੈ ਔਰ ਉਹਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਕਿ ਸ਼ਾਇਦ ਜੋ ਵੀ ਡੀਟੇਲਸ ਹੈਗੇ ਹਨ ਵੀ ਇਹਨੂੰ ਰਾਉਂਡ ਅਪ ਕਰਨ ਦੀ ਇਸਨੂੰ ਇਨਫੋਰਮੇਸ਼ਨ ਮਿਲੀ ਤੇ ਇਮੀਡੀਏਟਲੀ ਅਸੀਂ ਖੰਨਾ ਪੁਲਿਸ ਨੇ ਉਹਦਾ ਐਕਟ ਅਪ ਔਨ ਕੀਤਾ ਅੰਡਰ ਦ ਸੁਪਰਵੀਜ਼ਨ ਆਫ ਮਾਈ ਐਸਪੀਡੀ ਪ੍ਰਗਿਆ ਜੈਨ ਸਾਡੀ ਸੀਆਈਏ ਟੀਮ ਡੀਐਸਪੀ ਪਾਇਲ ਹਰ ਸਿਮਰਨਜੀਤ ਹਰ ਸਿਮਰਜੈਤਰਾ ਔਰ ਜਿਹੜੇ ਐਸਐਚਓ ਸਬ ਇਨਸਪੈਕਟਰ ਲਖਵੀਰ ਇਨਚਾਰਜ ਸੀਆਈ ਇਨਸਪੈਕਟਰ ਅਮਨ ਇਹਨਾਂ ਦੀ ਸਾਰੀ ਟੀਮ ਇਮੀਡੀਏਟਲੀ ਲੱਗ ਗਈ ਤੇ ਅਸੀਂ ਟੈਕਨੀਕਲ ਅਨਾਲਿਸਿਸ ਔਰ ਹਿਊਮਨ ਇੰਟ ਦੇ ਨਾਲ ਇਹਨੂੰ 22 ਤਰੀਕ ਨੂੰ ਕਾਬੂ ਕੀਤਾ ਤੇ ਇਹਦੀ ਡੀਟੇਲ ਮੈਂ ਅੱਗੇ ਤੁਹਾਨੂੰ ਦੱਸਾਂਗੀ ਇਹਦਾ ਨਾਂ ਤਜਿੰਦਰ ਸਿੰਘ ਗਿੱਲ ਉਰਫ ਗੋਰਖਾ ਬਾਬਾ ਹੈ ਇਹ 42 ਇਅਰਜ਼ ਦਾ 42 ਇਅਰਜ਼ ਦਾ ਹੈਗਾ ਔਰ ਇਹ ਪਿੰਡ ਮੰਗੇਵਾਲ ਥਾਣਾ ਮਲੋਤ ਦਾ ਰਹਿਣ ਵਾਲਾ ਹੈ ਇਸ ਨੂੰ ਅਸੀਂ ਇਨੀਸ਼ੀਅਲੀ 188 IPC ਚ ਅਰੈਸਟ ਕੀਤਾ ਸੀਗਾ ਕਿਉਂਕਿ ਇਨੀਸ਼ੀਅਲੀ ਸਾਨੂੰ ਇਹਦੀ ਸੋਸ਼ਲ ਮੀਡੀਆ ਤੋਂ ਇਮੇजेस ਮਿਲੀਆਂ ਸੀ ਜਿਹਦੇ ਚ ਵਿਦਆਊਟ ਐਨੀ ਲਾਇਸੈਂਸ ਅਸਲਾ ਲੈ ਕੇ ਖੜਾ ਸੀਗਾ ਔਰ ਇੱਥੇ ਡੀਐਮ ਦੇ ਆਰਡਰਸ ਪੂਰੇ ਪੰਜਾਬ ਚ ਹੀ ਆਰਡਰਸ ਹੈਗੇ ਕਿ ਕੋਈ ਵੀ ਵੈਪਨ ਲੈ ਕੇ ਉਹਨੂੰ ਨਾ ਤਾਂ ਫਲੌਂਡ ਕਰ ਸਕਦਾ ਨਾ ਇਸ ਤਰ੍ਹਾਂ ਗਨ ਕਲਜਾ ਪ੍ਰਮੋਟ ਕਰ ਸਕਦਾ ਤੇ ਇਨੀਸ਼ੀਅਲੀ ਅਸੀਂ 188 IPC ਦਾ ਪਰਚਾ ਦਰਜ ਕੀਤਾ ਸੀਗਾ ਉਸ ਤੋਂ ਬਾਅਦ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਇਹ ਬਹੁਤ ਹੀ ਜ਼ਿਆਦਾ ਅ ਅੰਮ੍ਰਿਤਪਾਲ ਸਿੰਘ ਦਾ ਬਹੁਤ ਹੀ ক্লোਜ਼ ক্লোਜ਼ ਐਸੋਸੀਏਟਰ ਔਰ ਇਹਦੇ ਤੇ ਪਹਿਲਾਂ ਵੀ ਇਹਦੋਂ ਐਫ ਆਈ ਆਰ ਲੌਂਚਡ ਹੈ ਇੱਕ ਪਰਚਾ ਇਹਦੇ ਤੇ 2011 ਚ ਇੱਕ ਸਾਈਸ ਅਗਰ ਦਰਜ ਹੋਇਆ ਸੀ ਜਿਹਦੇ ਚ ਇਹਨੂੰ ਕਨਵਿਕਸ਼ਨ ਔਰ 500 ਰੁਪਏ ਜੁਰਮਾਨਾ ਪਿਆ ਸੀਗਾ ਉਸ ਤੋਂ ਬਾਅਦ 2012 ਚ ਇਹਦੇ ਤੇ ਇੱਕ ਹਰਟ ਕੇਸ ਦਾ ਪਰਚਾ 323 24 ਦਾ थाना ਮਲੌਰ ਚ ਦਰਜ ਹੋਇਆ ਸੀ ਜੋ ਓਨ ਦਾ ਬੇਸਿਸ ਆਫ ਕੰਪਰੋਮਾਈਜ਼ ਕੈਨਸਲ ਕਰ ਦਿੱਤਾ ਗਿਆ ਸੀਗਾ ਤੇ ਫਰਦਰ ਸਾਨੂੰ ਇਹ ਪਤਾ ਲੱਗਿਆ ਕਿ ਅਮਰਿਤਪਾਲ ਸਿੰਘ ਦਾ ਬਹੁਤ ਹੀ ਨਜ਼ਦੀਕੀ ਹੈ ਔਰ ਉਸ ਦੀ ਜਿਹੜੀ ਸਿਕਿਉਰਿਟੀ ਦੀ ক্লোਜ਼ ਪ੍ਰੋਟੈਕਸ਼ਨ ਟੀਮ ਬਣੀ ਹੋਈ ਸੀਗੀ ਉਹਦਾ ਇਹ ਮੈਂਬਰ ਸੀਗਾ ਤੇ ਇਹਨਾਂ ਨੇ ਇੱਕ ਆਨੰਦਪੁਰ ਖਾਲਸਾ ਫੌਜ ਜਿਹੜੀ ਐ ਕੇਐਫ ਤੁਹਾਨੂੰ ਸਾਰਿਆਂ ਨੂੰ ਰੀਸੈਂਟਲੀ ਪਤਾ ਲੱਗਿਆ ਇਹਦਾ ਮੈਂਬਰ ਵੀ ਸੀ ਤੇ ਇਹਨੂੰ ਅਮਰਿਤ ਅਮਰਿਤਪਾਲ ਸਿੰਘ ਦੁਆਰਾ ਇਹ ਵੱਖਰੇ ਖਾਲਿਸਤਾਨ ਰਾਜ ਦਾ ਗਠਨ ਕਰਨ ਲਈ ਇਹ ਹਥਿਆਰਬੰਦ ਸੰਘਰਸ਼ ਛੇੜਨ ਦੀ ਜਿਹੜੀ ਪਲੈਨਿੰਗ ਕਰ ਰਹੇ ਸੀਗੇ ਉਹਦਾ ਇਹ ক্লোਜ਼ ਮੈਂਬਰ ਸੀਗਾ ਤੇ ਇਹਨੇ ਆਪਣੀ ਤਫਤੀਸ਼ ਚ ਸਾਨੂੰ ਦੱਸਿਆ ਹੈ ਕਿ ਇਹਨੂੰ ਇੱਕ ਵਿਕਰਮਜੀਤ ਸਿੰਘ ਖਾਲਸਾ ਨਾ ਦੇ ਬੰਦੇ ਨੇ ਅੰਮ੍ਰਿਤਪਾਲ ਸਿੰਘ ਨਾਲ ਇਹਦਾ ਸੰਪਰਕ ਕਰਾਇਆ ਸੀਗਾ ਤੇ ਇਸ ਵਿਕਰਮ ਨੂੰ ਇੱਕ ਜਿਹੜਾ ਦਿੱਲੀ ਚ ਕਿਸਾਨ ਅੰਦੋਲਨ ਚੱਲਿਆ ਸੀਗਾ ਉਹਦੇ ਚ ਮਿਲਿਆ ਸੀ ਤੇ ਉਹਦੀ ਅਪਰੋਚ ਦੇ ਨਾਲੇ 5 ਮਹੀਨੇ ਪਹਿਲਾਂ ਹੀ ਜਲੂਪੁਰ ਖੇੜਾ ਜਿਹੜਾ ਅੰਮ੍ਰਿਤਪਾਲ ਸਿੰਘ ਦਾ ਜੱਦੀ ਪਿੰਡ ਹੈ ਉੱਥੇ ਗਿਆ ਸੀ ਤੇ ਇਹਨੂੰ ਅੰਮ੍ਰਿਤਪਾਲ ਸਿੰਘ ਨੇ ਗਨਮਨ ਦੇ ਵਜੋਂ ਆਪਣੇ ਤਨਾਦ ਕਰ ਲਿਆ ਸ਼ਾਮਿਲ ਕਰ ਲਿਆ ਸੀਗਾ ਤੇ ਇਹਨਾਂ ਨੂੰ AKF ਵਾਲੇ ਜਿਹੜੇ ਲੋਗੋ ਦੇ ਵੈਪਨ ਸੀਗੇ ਇਹਨਾਂ ਨੂੰ ਦਿੱਤੇ ਗਏ ਸੀ ਔਰ ਇਹਨਾਂ ਦੀ ਜਲੂਪੁਰ ਖੇੜਾ ਚ ਇੱਕ ਕਨਾਲ ਕੋਲ ਆਪਣੀ ਫਾਇਰਿੰਗ ਪ੍ਰੈਕਟਿਸ ਦੀ ਰੇਂਜ ਵੀ ਇਹਨਾਂ ਨੇ ਮੇਕਸ਼ਿਫ ਟੈਂਪਰੇਰੀ ਬਣਾਈ ਸੀ ਜਿੱਥੇ ਇਹਨਾਂ ਨੂੰ ਮਿਲਟਰੀ ਇਸ ਤਰ੍ਹਾਂ ਦੀ ਡ੍ਰਿਲਸ ਔਫ ਫਾਇਰਿੰਗ ਪ੍ਰੈਕਟਿਸ ਦਿੱਤੀ ਜਾਂਦੀ ਸੀ ਜ ਜਿਹਦੀ ਮੈਂ ਤੁਹਾਨੂੰ ਬਹੁਤ ਜਲਦੀ ਫੋਟੋਸ ਵੀ ਦਿਖਾਵਾਂਗੀ ਔਰ ਜਿਹੜਾ ਇਹ ਹਗਾਂ ਤੇਜਿੰਦਰ ਗਿੱਲ ਇਹ ਅਜਨਾਲਾ ਕਾਂਡ ਜਦੋਂ ਅਜਨਾਲਾ ਵਾਲਾ ਇਨਸੀਡੈਂਟ ਹੋਇਆ ਸੀ ਅੰਮ੍ਰਿਤਸਰ ਉਹਦੇ ਚ ਵੀ ਸ਼ਾਮਿਲ ਸੀ ਅਮਰਿਤਪਾਲ ਦੇ ਨਾਲ ਤੇ ਖਾਲਸਾ ਵਹੀਰ ਚ ਵੀ ਇਹਨੇ ਖਾਸ ਭੂਮਿਕਾ ਨਿਭਾਈ ਸੀ ਔਰ ਸਾਨੂੰ ਇੱਕ ਹੋਰ ਬੜੀ ਵੱਡੀ ਗੱਲ ਪਤਾ ਲੱਗੀ ਹੈ ਕਿ ਜਿਹੜਾ AKF ਇਹਨਾਂ ਨੇ ਬਣਾਇਆ ਹੋਇਆ ਸੀ ਇਹਦੇ ਸਾਰੇ ਮੈਂਬਰਸ ਨੂੰ ਡਿਊਰਿੰਗ ਆਰ ਇਨਵੈਸਟੀਗੇਸ਼ਨ ਅਧੇ ਜਿਹੜੀ ਫੋਟੋਜ਼ ਐਂਡ ਮੋਬਾਈਲ ਤੋਂ ਫੁਟੇਜ ਰੀਟਰੀਵ ਹੋਈ ਹੈ ਉਹਦੇ ਚੋਂ ਪਤਾ ਲੱਗਿਆ ਕਿ ਇਹਨੇ ਜਿੰਨੇ ਵੀ ਮੈਂਬਰ ਸੀਗੇ ਮੇਨ ਉਹਨਾਂ ਨੂੰ AKF ਦੀ ਇੱਕ ਰੈਜਿਮੈਂਟਡ ਨੰਬਰਸ ਵੀ ਮਿਲੇ ਹੋਏ ਸੀ ਜਿਵੇਂ ਸਜਿੰਦਰ ਖਾਲਸਾ ਇਹਨੂੰ AKF ਨੰ ਇਦਾਂ ਹੀ ਕਿਸੇ ਨੂੰ AKF 56 AKF 47 ਇਦਾਂ ਦੇ ਨੰਬਰ ਅਲਾਟ ਕੀਤੇ ਗਏ ਸੀ ਔਰ ਇਹਨਾਂ ਦੇ ਇਹਦੇ ਫੋਨ 'ਚ ਸਾਨੂੰ ਦੋ WhatsApp ਗਰੁੱਪ ਵੀ ਮਿਲੇ ਇੱਕ ਦਾ ਨਾਂ ਹੈਗਾ AKF ਅੰਮ੍ਰਿਤ ਅਨੰਦਪੁਰ ਖਾਲਸਾ ਫੌਜ ਔਰ ਦੂਜੇ ਦਾ ਨਾਂ ਹੈਗਾ ਅੰਮ੍ਰਿਤਪਾਲ ਟਾਈਗਰ ਫੋਰਸ ਸੋ ਇਹ ਇਹਨਾਂ ਦੇ ਕੋਰ ਜਿਹੜਾ AKF ਵਾਲਾ ਗਰੁੱਪ ਹੈ ਇਹਦੇ 'ਚ ਮੇਨ ਮੈਂਬਰਸ ਔਰ ਉਸਦੇ ਨਾਲ ਜਿਹੜੇ ਨਵੇਂ ਮੁੰਡਿਆਂ ਨੂੰ ਆਪਣੇ ਗਰੁੱਪ 'ਤੇ ਲਾ ਕੇ ਇਨਫਲੂਐਂਸ ਕਰਕੇ ਰਿਕਰੂਟ ਕਰਦੇ ਸੀਗੇ ਤੇ ਜਿਹੜਾ ਅੰਮ੍ਰਿਤਪਾਲ ਟਾਈਗਰ ਫੋਰਸ ਹੈ ਉਹਨਾਂ ਦੇ ਜਿਹੜੇ ਮੇਨ ਮੈਂਬਰ ਐ ਇਸ ਤੇ ਟੀਮ ਦੇ ਉਹਦੇ ਮੈਂਬਰ ਸਿਗੇ ਸੋ ਬੇਸਿਕਲੀ ਇਹਨਾਂ ਦਾ ਪਲਾਨ ਇਹ ਹੁੰਦਾ ਸੀ ਕਿ ਯੰਗ ਲੜਕੇ ਜਿਹੜੇ ਨਸ਼ਾ ਛੁਡਾਊ ਕੇਂਦਰ 타입 ਦੇ ਇਹ ਪਲੈਨਿੰਗ ਕਰਦੇ ਸੀ ਕਿ ਉਹਨਾਂ ਨੂੰ ਪਹਿਲਾਂ ਆਪਣਾ ਜਲਲੂਪੁਰ ਖੇੜਾ ਚ ਨਸ਼ਾ ਛੁਡਾਊ ਦਾ ਲਾਲਚ ਦੇ ਕੇ ਬੁਲਾਉਂਦੇ ਸੀ ਫਿਰ ਇਵੈਂਚੂਅਲੀ ਉਹਨਾਂ ਨੂੰ ਹੀ ਮਿਲਟਰੀ ਦੀ ਜਿਹੜੀ ਸਿਖਲਾਈ ਦੇ ਦਿੰਦੇ ਸੀ ਔਰ ਫਾਇਰਿੰਗ ਪ੍ਰੈਕਟਿਸ ਕਰਾਉਂਦੇ ਸੀ ਜਿਹੜਾ ਤਜਿੰਦਰ ਕੋਰਖਾ ਇਹ ਵੀ ਕਿਉਂਕਿ ਪਹਿਲਾਂ ਨਸ਼ਿਆ ਦਾਦੀ ਸੀ ਜੋ ਸਾਨੂੰ ਤਫ਼ਤੀਸ਼ਾ ਪਤਾ ਲੱਗਿਆ ਇਹ ਵੀ ਇਨੀਸ਼ੀਅਲੀ ਉਹਦੇ ਨਸ਼ਾ ਛੁਡਾਊ ਕੇਂਦਰ 'ਚ ਹੀ ਗਿਆ ਸੀ ਪਰ ਉਥੇ ਰਹਿ ਕੇ ਇਹਨੂੰ ਆਪਣੇ ਉਹਨਾਂ ਨੇ ਕੋਰ ਟੀਮ ਚ ਐਜ਼ ਅ ਸਿਕਿਉਰਿਟੀ ਗਾਰਡ ਤਨਤ ਕਰ ਲਿਆ ਸੀ ਸੋ ਇਹਨੇ ਇਸ ਜਿਹੜੇ ਹੋਰ ਵੀ ਬੰਦੇ ਪਕੜੇ ਗਏ ਐ ਅੰਮ੍ਰਿਤਸਰ ਪੁਲਿਸ ਜਾਂ ਜਲੰਧਰ ਪੁਲਿਸ ਵੱਲੋਂ ਉਹਨਾਂ ਬਾਰੇ ਵੀ ਖੁਲਾਸਾ ਕੀਤਾ ਹੈ ਕਿ ਇੱਕ ਗੁਰਪ੍ਰੀਤ ਸਿੰਘ ਉਸ ਤੇਜਾ ਐ ਇਹ 2 ਮਹੀਨੇ ਪਹਿਲਾਂ 10 ਬੁਲੇਟ ਪ੍ਰੂਫ ਜੈਕਟਾਂ ਲੈ ਕੇ ਆਇਆ ਸੀ ਜਿਹਦੇ 'ਚ AKF ਦਾ ਲੋਗੋ ਲੱਗਿਆ ਹੋਇਆ ਸੀ ਇਹ ਇਹਨਾਂ ਨੂੰ ਜੱਲੂਪੁਰ ਖੇੜਾ ਚ ਜੇਰਾਨਾ ਨੇ ਫਾਇਰਿੰਗ ਰੇਂਜ ਬਣਾਈ ਹੋਈ ਸੀ ਉਹਦੇ 'ਚ ਯੂਜ਼ ਕਰਦੇ ਸੀ ਪ੍ਰੈਕਟਿਸ ਕਰਨ ਦੇ ਦੌਰਾਨ ਔਰ ਇਥੇ ਨਦੀ ਅਸੈਂਬਲਿੰਗ ਆਫ ਵੈਪਨਸ ਡਿਸੈਂਬਲਿੰਗ ਕਲੀਨਿੰਗ ਆਫ ਵੈਪਨ ਇਦਾਂ ਦੇ ਵੀ ਵੀਡੀਓ ਸਾਨੂੰ ਮਿਲੇ ਹੈ ਜਿਹੜੀ ਤਜਿੰਦਰ ਤਜਿੰਦਰ ਖਾਲਸਾ ਉਹਦੇ ਚ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਨੂੰ ਕਲੀਨਿੰਗ ਆਫ ਵੈਪਨਸ ਕਰ ਰਿਹਾ ਹੈ ਥੈਟ ਮੀਨਸ ਇਹਨੂੰ ਇਦਾਂ ਦੀ ਪ੍ਰੈਕਟਿਸ ਹੋ ਚੁੱਕੀ ਸੀ ਇੱਕ ਦੂਜਾ ਦੋਸ਼ੀ ਹੈ ਹਰਸਿਮਰਤ ਸਿੰਘ ਹੁੰਦਲ ਉਰਫ ਲਾਪ ਸਿੰਘ ਇਹ ਅੰਮ੍ਰਿਤਪਾਲ ਦੀ ਸੁਰੱਖਿਆ ਦਾ ਮੇਨ ਇਹਨੂੰ ਮੇਨ ਜ਼ਿੰਮੇਵਾਰੀ ਮਿਲੀ ਹੋਈ ਸੀ ਇਹ ਹੀ ਸਾਰੀ ਉਹਦੇ ਇਹ ਜਿਹੜੇ ਹਥਿਆਰਾਂ ਦੀ ਹੈਂਡਲਿੰਗ ਕਰਦਾ ਸੀ ਤੇ ਸਾਰੀ ਡਾਇਰੈਕਸ਼ਨਸ ਦਿੰਦਾ ਸੀਗਾ ਔਰ ਜਿਹੜੀ ਬੁਲੇਟ ਪ੍ਰੂਫ ਜੈਕਟਸ ਹੈ ਉਹਨਾਂ 'ਚ ਵੀ ਹੋਲੋਗ੍ਰਾਮ AKF ਦਾ ਲੱਗਿਆ ਹੈ ਜੋ ਮੈਂ ਤੁਹਾਨੂੰ ਫੋਟੋਸ ਦਿਖਾਵਾਂਗੀ ਔਰ ਕੁਝ ਹਥਿਆਰਾਂ ਜਿੱਤਾ ਜੀ ਲੌਂਗ ਰੇਂਜ ਟੈਲੀਸਕੋਪ ਵੀ ਤੁਸੀਂ ਨੋਟਿਸ ਕਰੋਗੇ ਕਿ ਇਹਨਾਂ ਨੂੰ ਉਹ ਵੀ ਮਿਲੇ ਹੋਏ ਸੀਗੇ ਲੌਂਗ ਰੇਂਜ ਲੌਂਗ ਰੇਂਜ ਟੈਲੀਸਕੋਪ ਅਟੈਚਡ ਵਿਦ ਅਟੈਚਡ ਵਿਦ ਅ ਵੈਪਨ ਯੈਸ ਸੋ ਬੇਸਿਕਲੀ ਜਿਹੜੀ ਸਾਨੂੰ ਇਹਦੇ ਟੈਲੀਫੋਨ ਮੋਬਾਈਲ 'ਚੋ ਫੋਟੋਸ ਔਰ ਵੀਡੀਓਜ਼ ਬਰਾਮਦ ਹੋਈਆਂ ਉਹਦੇ 'ਚ ਮੇਨ ਜਿਹੜੀ ਸੈਂਸੇਸ਼ਨਲ ਹੈਗੀਆਂ ਉਹਨਾਂ 'ਚ ਇੱਕ ਤਾਂ ਹੈਗਾ ਖਾਲਿਸਤਾਨ ਸਟੇਟ ਐਮਬਲਮ ਪ੍ਰੋਪੋਜ਼ ਇਹਨਾਂ ਨੇ ਫੋਟੋ ਸਿਗੀ ਜੋ ਪ੍ਰੋਪੋਜ਼ ਕਰਨਾ ਸੀ ਵੀ ਇਦਾਂ ਦਾ ਅਸੀਂ ਖਾਲਿਸਤਾਨ ਦਾ ਐਮਬਲਮ ਸਟੇਟ ਦਾ ਐਮਬਲਮ ਔਰ ਲੋਗੋ ਬਣਾਵਾਂਗੇ ਫਿਰ ਪ੍ਰੋਪੋਜ਼ਡ ਐਮਬਲਮ ਆਫ ਸੈਵਨ ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ